ਸਰਵ ਕਲਾ ਸਮਰੱਥ ਸਰਵ ਕਲਾ ਸਮਰੱਥ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਡੋਲਣ 'ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਦੀਨ ਦਰਦ ਦੁੱਖ ਭੰਜਨਾ ਘਟ ਘਟ ਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਾਨਕ ਬੋਲੇ ਬੁਲਾਇਆ ਤੇਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪ ਬੈਠੀ ਬੈਠੀ ਆਵਾਜ਼ ਦੇਹੋ ਆਪਣਾ ਨਾਮ ਦੇਹੋ ਆਪਣਾ ਨਾਮ ਦੇਹੋ ਹਉ ਆਇਆ ਦੂਰੋਂ ਚੱਲ ਕੇ ਹੋ ਆਇਆ ਦੂਰੋਂ ਚੱਲ ਕੇ ਹੋ ਆਪਣਾ ਨਾਮ ਜਪਾਵੋ ਆਪਣਾ ਨਾਮ ਜਪਾਵੋ ਆਪਣਾ ਸਤਿਗੁਰੂ ਦੇ ਪਿਆਰਿਆਂ ਕੋਲੋਂ ਸਤਿਗੁਰੂ ਦੇ ਸਾਜਿਆਂ ਨਿਵਾਜਿਆਂ ਕੋਲੋਂ ਆਪ ਜੀ ਨੇ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਤਿਗੁਰੂ ਦੇ ਸਾਜੇ ਨਵਾਜੇ ਗੁਰੂ ਕੇ ਸਿੱਖਾਂ ਕੋਲੋਂ ਆਪ ਜੀ ਨੇ ਜਿੱਥੇ ਬਾਣੀ ਸੁਣੀ ਉੱਥੇ ਨਾਮ ਅਭਿਆਸ ਦੀਆਂ ਚੜੀਆਂ ਵੀ ਲੱਗੀਆਂ
ਆਪ ਜੀ ਨੇ ਸੁਣੀਆਂ। ਇੱਕ ਗੱਲ 'ਤੇ ਬੜਾ ਜ਼ੋਰ ਦਿੱਤਾ ਆਖੋ ਵਾਹਿਗੁਰੂ ਨਾਨਕ ਨਾਮ ਰੱਤੇ ਸੁੱਖ ਪਾਇਆ। ਸ਼ਬਦ ਬੜਾ ਪਿਆਰਾ ਹੈ, ਕੀਮਤੀ ਹੈ। ਜੇ ਸਾਡੀ ਚੇਤਨਤਾ ਵਿੱਚ ਉਤਰ ਜਾਵੇ। ਕਮਾਲ ਦੀ ਕਹਾਣੀ, ਜਦੋਂ ਕਹਿੰਦੇ ਸੀ ਨਾਨਕ ਨਾਮ ਰੱਤੇ ਸੁੱਖ ਪਾਇਆ, ਨਾਲ ਕਹਿੰਦੇ ਸੀ ਧੰਨ ਧੰਨ ਭਾਈ ਮਤੀ ਦਾਸ ਜੀ ਅੱਖ ਵਾਹਿਗੁਰੂ। ਇਸ਼ਾਰਾ ਬੜਾ ਪਿਆਰਾ ਸੀ। ਲੋਕ ਆਰੇ ਤੋਂ ਡਰਦੇ, ਉਹ ਕਹਿੰਦਾ ਸੀ ਆਰਾ ਪਿਆਰਾ ਲੱਗਦਾ ਹੈ, ਮੈਨੂੰ ਦੁੱਖ ਨਹੀਂ ਦੇ ਰਿਹਾ, ਆਰਾ ਮੈਨੂੰ ਦੁੱਖ ਨਹੀਂ ਦੇ ਰਿਹਾ। ਇਹ ਬੋਲੋ ਆਰਾ ਮੈਨੂੰ ਚੀਰ 'ਤੇ ਰਿਹਾ ਹੈ, ਚੀਰ 'ਤੇ ਰਿਹਾ ਹੈ ਮੈਨੂੰ ਯਾਰਾ, ਦੁੱਖ ਨਹੀਂ ਦਿੰਦਾ। ਕਿਉਂਕਿ ਦੁੱਖ ਹੁਣ ਮੇਰੀ ਜ਼ਿੰਦਗੀ 'ਚ ਰਿਹਾ ਹੀ ਨਹੀਂ। ਨਾਮ ਜਪ ਜਪ ਕੇ, ਸਿਮਰਨ ਕਰ ਕਰਕੇ, ਕਰਨ ਕਾਦਰ ਪਿਤਾ ਦੀ ਸ਼ਰਨ ਵਿੱਚ ਰਹਿ ਕੇ, ਗੁਰੂ ਤੇਗ ਬਹਾਦਰ ਮਹਾਰਾਜ ਦੀ ਪਾਵਨ ਬਾਰਗਾਹ 'ਚ ਰਹਿ ਕੇ, ਮੈਨੂੰ ਪਤਾ ਲੱਗ ਗਿਆ ਵੀ ਦੁੱਖ ਨਹੀਂ, ਸਭ ਸੁਖੀ ਹੈ ਰਹੇ। ਸੰਸਾਰ ਕਹਿੰਦਾ ਹੈ ਜਰਾ ਕਿਤੇ ਕੰਡਾ ਚੁਭ ਜਾਏ ਤਾਂ ਦੁੱਖ ਹੈ। ਆਖੋ ਵਾਹਿਗੁਰੂ। ਭਾਈ ਮਤੀ ਦਾਸ ਜੀ ਆਰਾ ਸਿਰ 'ਤੇ ਰੱਖਿਆ, ਨਾਨਕ ਨਾਮ ਰੱਤੇ ਸੁੱਖ ਪਾਇਆ। ਕਹਿੰਦਾ ਸੀ ਆਰਾ ਫਿਰਨ ਨਾਲ ਮੈਨੂੰ ਦੁੱਖ ਨਹੀਂ ਲੱਗਦਾ, ਕਿਉਂਕਿ ਮੈਂ ਕਰਨ ਕਾਦਰ ਪਿਤਾ ਦੀ ਸ਼ਰਨ ਵਿੱਚ ਰਹਿ ਕੇ। ਕਰਨ ਕਾਦਰ ਸ਼ਬਦ ਮੈਂ ਗੁਰੂ ਤੇਗ ਬਹਾਦਰ ਸਾਹਿਬ ਲਈ ਤੁਹਾਡਾ ਸੇਵਕ ਵਰਤ ਰਿਹਾ ਜੇ। ਮੈਂ ਕਰਨ ਕਾਦਰ ਪਿਤਾ ਦੀ ਚਰਨ ਸ਼ਰਨ ਵਿੱਚ ਰਹਿ ਕੇ ਇੱਕ ਗੱਲ ਜਾਣ ਲਈ ਵੀ ਦੁੱਖ ਤਾਂ ਹੁੰਦਾ ਹੀ ਨਹੀਂ। ਆਖੋ ਵਾਹਿਗੁਰੂ। ਦੁੱਖ ਤਾਂ ਜਦੋਂ ਨਾਮ ਜਪੀਏ, ਜਦੋਂ ਛੋਟੇ ਛੋਟੇ ਦੁੱਖਾਂ ਨਾਲ ਘੁਲਦਿਆਂ ਇਨਸਾਨ ਟੁੱਟ ਜਾਂਦਾ ਹੈ, ਜਦੋਂ ਨਾਮ ਦਾ ਪ੍ਰਕਾਸ਼ ਹੁੰਦਾ ਹੈ। ਇੱਕ ਸਪਸ਼ਟ ਗੇਮ ਸਾਹਮਣੇ ਆਉਂਦੀ, ਨਾ ਕਿਛ ਜਨਮੇ ਨਾ ਕਿਛ ਮਰੇ ਆਪਣੇ ਚਲਤ। ਭਾਈ ਮਤੀ ਦਾਸ ਨੂੰ ਇਸ ਗਹਿਰੇ ਇਸ਼ਾਰੇ ਦਾ ਪਤਾ ਲੱਗ ਗਿਆ ਸੀ ਵੀ ਜੰਮਣਾ ਮਰਦਾ ਕੁਛ ਵੀ ਨਹੀਂ। ਕਾਜੀ ਨੂੰ ਭੁਲੇਖਾ ਹੈ, ਜਲਾਦ ਨੂੰ ਭੁਲੇਖਾ ਹੈ ਵੀ ਜਦੋਂ ਮੈਨੂੰ ਚੀਰਿਆ ਜਾਊ, ਇੱਕ ਤਾਂ ਮੈਨੂੰ ਦੁੱਖ ਹੋਊ, ਆਖੋ ਵਾਹਿਗੁਰੂ, ਇੱਕ ਮੇਰੀ ਮੌਤ ਹੋ ਜਾਊ। ਗੁਰੂ ਕੋਲ ਰਹਿ ਕੇ, ਗੁਰੂ ਕੋਲ ਰਹਿ ਕੇ ਮੈਂ ਸਿੱਖਿਆ ਅੰਮ੍ਰਿਤ ਪੀਵ ਹੋ,
ਹੁਣੇ ਉਹ ਇਹ ਵੀ ਪੜ੍ਹਦੇ ਸੀ, ਅੰਮ੍ਰਿਤ ਨਾਮ ਸਦਾ ਮਨ ਮਿੱਠਾ। ਅੰਮ੍ਰਿਤ ਨਾਮ ਜਿਨ੍ਹਾਂ ਨੇ ਪੀਤਾ ਹੈ ਉਹਨਾਂ ਨੂੰ ਦੁੱਖ ਦੁੱਖ ਨਹੀਂ ਰਿਹਾ, ਦੁੱਖ ਨਹੀਂ, ਸਭ ਸੁੱਖ ਹੀ ਹੈ ਰਹੇ। ਦ੍ਰਿਸ਼ਟੀ ਬਦਲ ਗਈ, ਸਾਰਾ ਸੰਸਾਰ ਛੋਟੇ ਜਿਹੀ ਪਰੇਸ਼ਾਨੀ ਨੂੰ ਕਹਿੰਦਾ ਘਰ ਵਿੱਚ ਦੁੱਖ ਬੜੇ ਨੇ, ਮਗਰ ਜਿਹਨੂੰ ਗੇਮ ਦਾ ਪਤਾ ਲੱਗ ਗਿਆ ਉਹ ਆਰੇ ਨਾਲ ਦੁਫਾੜ ਹੋ ਰਿਹਾ ਹੈ, ਕਹਿੰਦਾ ਨਹੀਂ ਦੁੱਖ ਨਹੀਂ, ਸਭ ਸੁੱਖ ਹੀ ਹੈ ਰਹੇ। ਗੁਰੂ ਦੇ ਭਾਣੇ ਵਿੱਚ ਚੀਰਿਆ ਜਾਣਾ ਵੀ ਪਰਮ ਸੁੱਖ ਹੈ, ਗੁਰੂ ਦੇ ਭਾਣੇ ਵਿੱਚ ਚੀਰਿਆ ਜਾਣਾ ਪਰਮ ਸੁੱਖ ਹੈ। ਗਹਿਰੇ ਰਾਜ ਨੂੰ ਗੁਰੂ ਦੇ ਨੂੰ ਪਛਾਣ ਲਿਆ, ਤੱਤੀ ਤਵੀ 'ਤੇ ਕੁਭੀ ਕੇ ਸਿਰ ਵਿੱਚ ਰੇਤ ਪਵਾ ਕੇ ਕਹਿੰਦਾ ਸੀ ਮੈਂ ਦੁੱਖ ਨਹੀਂ ਮਹਿਸੂਸ ਕਰ ਰਿਹਾ, ਤੇਰਾ ਕੀ ਆ ਮਿੱਠਾ ਲੱਗੇ। ਆਪਣੇ ਗੁਰੂ ਕੋਲੋਂ ਸੁੱਖ ਲਿਆ ਸੀ, ਦੁੱਖ ਤਾਂ ਕਦੀ ਹੁੰਦਾ ਹੀ ਨਹੀਂ, ਪਰ ਉਹ ਅਸੀਂ ਨਿੱਕੀਆਂ ਕਲਾਸਾਂ ਵਿੱਚ ਹਾਂ, ਅਸੀਂ ਕਹਿੰਦੇ ਮੈਂ ਬੜਾ ਦੁਖੀ ਹੋ ਗਿਆ, ਮੈਂ ਬੜਾ ਦੁਖੀ ਹੋ ਗਿਆ। ਨਾਮ ਨੇ ਐਸੀ ਬਖਸ਼ਿਸ਼ ਕੀਤੀ ਸੀ ਭਾਈ ਮਤੀ ਦਾਸ, ਭਾਈ ਸਤੀ ਦਾਸ ਉੱਤੇ, ਭਾਈ ਦਿਆਲਾ ਜੀ ਉੱਤੇ। ਇਹਨੂੰ ਕਹਿੰਦੇ ਕੀਰਤਨ, ਜਿਹੜਾ ਗੁਰਮੁਖ ਕਰਕੇ ਗਏ ਨਾ, ਕੀਰਤਨ ਦਾ ਮਤਲਬ ਹੁੰਦਾ ਕੀਰਤੀ ਕਰਨੀ। ਕੀ ਜੀ? ਕੀਰਤੀ ਸ਼ਬਦ ਨਾਲ ਜੁੜਿਆ ਹੋਇਆ ਕੀਰਤਨ। ਅਤੇ ਕੀਰਤੀ ਕਰਦਿਆਂ ਕਰਦਿਆਂ ਅੱਜ ਅੰਮ੍ਰਿਤ ਵੇਲੇ ਦੇ ਦੀਵਾਨ 'ਚ ਕਿਹਾ ਸੀ ਵੀ ਜੇ ਕੀਰਤਨ ਕਰਨ ਵਾਲੇ ਨੂੰ ਇਹ ਨਾ ਪਤਾ ਹੋਵੇ ਵੀ ਮੈਂ ਕੀ ਬੋਲ ਰਿਹਾ, ਆਨੰਦ ਨਹੀਂ ਆਉਂਦਾ। ਇਹ ਗੁਰੂ ਕਾ ਸਿੱਖ ਜਦੋਂ ਕਹਿੰਦਾ ਸੀ ਨਾਨਕ ਨਾਮ ਰਤੇ ਸੁੱਖ ਪਾਇਆ, ਅਤੇ ਪੂਰੀ ਦੀ ਪੂਰੀ ਤਸਵੀਰ ਬਣਾ ਕੇ ਮਗਰੋਂ ਬੋਲਦਾ ਸੀ ਧੰਨ ਧੰਨ ਭਾਈ ਮਤੀ ਦਾਸ ਜੀ। ਦੁਨੀਆ ਦੇ ਲੋਕੋ ਦੇਖੋ, ਆਰੇ ਥੱਲੇ ਕੋਈ ਖਲੋਤਾ ਕਹਿੰਦਾ ਵੀ ਮੈਂ ਨਾਮ ਵਿੱਚ ਐਸਾ ਰੰਗਿਆ ਗਿਆ, ਐਸਾ ਰੰਗਿਆ ਗਿਆ ਵੀ ਦੁੱਖ ਮੇਰੀ ਜ਼ਿੰਦਗੀ 'ਚ ਹੈ ਹੀ ਨਹੀਂ, ਦੁੱਖ ਸ਼ਬਦ ਮੇਰੀ ਜ਼ਿੰਦਗੀ 'ਚੋਂ ਓਢੀ ਗਿਆ ਹੈ, ਕੇਵਲ ਸੁੱਖ ਆ। ਕਿਉਂਕਿ ਮੈਨੂੰ ਪਤਾ ਹੈ ਨਾਮ ਰੱਤੇ ਸਦਾ ਸੁੱਖ ਹੋਏ, ਨਾਮ ਰੱਤੇ ਜਿਹੜੇ ਲੋਕ ਨਾਮ ਵਿੱਚ ਰੰਗੇ ਜਾਂਦੇ ਉਹਨਾਂ ਨੂੰ ਸਦਾ ਸੁੱਖ ਹੀ ਹੁੰਦਾ ਹੈ, ਦੁੱਖ ਉੱਥੇ ਦੁੱਖ ਨਹੀਂ, ਸਭ ਸੁੱਖ ਹੀ ਰੇ ਹੈ ਰੇ, ਹਾਰ ਨਹੀਂ ਸਭ ਜੀਤੇ, ਹਾਰ ਨਹੀਂ। ਉਹ ਕਹਿੰਦਾ ਸੀ ਵੀ ਇਹ ਜ਼ਿੰਦਗੀ ਦੀ ਬਾਜ਼ੀ ਹਾਰ ਰਿਹਾ। ਜਲਾਦ ਕਹਿੰਦਾ ਸੀ ਮੈਂ ਆਰੇ ਨਾਲ ਇਹਨੂੰ ਚੀਰ ਰਿਹਾ, ਇਹ ਮੂਰਖ ਬਣ ਕੇ, ਉਹਦੀ ਦ੍ਰਿਸ਼ਟੀ ਅਨੁਸਾਰ ਇਹ ਮੂਰਖ ਬਣ ਕੇ ਆਪਣੀ ਜ਼ਿੰਦਗੀ ਨੂੰ ਐਸ਼ ਆਰਾਮ ਦੀ ਜਗ੍ਹਾ 'ਤੇ ਬਤੀਤ ਕਰਨ ਦੀ ਜਗ੍ਹਾ 'ਤੇ ਇਹ ਆਪਣੇ ਜ਼ਿੰਦਗੀ ਦੀ ਇੱਕ ਜਿੱਦ ਕਰਕੇ ਬਾਜ਼ੀ ਹਾਰ ਰਿਹਾ ਹੈ। ਭਾਈ ਸਾਹਿਬ ਕਹਿੰਦੇ ਸੀ ਜਿਸ ਤਰ੍ਹਾਂ ਮੈਂ ਦੁੱਖ ਨੂੰ ਨਕਾਰ ਦਿੱਤਾ ਹੈ, ਉਤਰਾ ਹੀ ਮੈਂ ਹਾਰ ਨੂੰ ਵੀ ਨਕਾਰ ਦਿੱਤਾ ਹੈ। ਕੌਣ ਕਹਿੰਦਾ ਇਹ ਦੁੱਖ ਹੈ? ਉਹਦੇ ਭਾਣੇ ਵਿੱਚ ਆਰਾ ਫਰਵਾ ਕੇ ਵੀ ਸੁੱਖ ਹੈ, ਉਹਦੇ ਭਾਣੇ ਵਿੱਚ ਆਪਣੇ ਆਪ ਨੂੰ ਚਰਵਾ ਕੇ ਵੀ ਹਾਰਿਆ ਨਹੀਂ, ਜਿੱਤਿਆ ਵਾਂ। ਹਾਰ ਨਹੀਂ ਸਭ ਜੀਤ ਹੈ, ਬੋਲੋ ਹਾਂ ਭਲਾ, ਹਾਰ ਨਹੀਂ ਜੋ ਮੈਂ ਕੰਮ ਕਰ ਰਿਹਾ ਨਾ, ਇਹ ਜਨਮ ਰਤਨ ਜਿੰਨੀ ਖੱਟਿਆ, ਬੋਲੋ ਹਾਂ ਜਨਮ ਰਤਨ, ਭਲੇ ਸੇਵਣ ਇਹ ਉਹਨਾਂ ਵਪਾਰੀਆਂ ਦੀ ਕਹਾਣੀ ਹੈ
ਜਿਹੜੇ ਜਨਮ ਗਵਾ ਕੇ ਨਹੀਂ ਕਹਿ ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ। ਇਹ ਉਹਨਾਂ ਵਪਾਰੀਆਂ ਦੀ ਕਹਾਣੀ ਨਹੀਂ ਜਿਹੜੇ ਜੂਏ 'ਚ ਹਾਰ ਕੇ ਗਏ। ਇਹ ਜਿਸ ਸਟੇਜ 'ਤੇ ਅੱਜ ਮੈਂ ਖਲੋਤਾਂ ਆਰੇ ਥੱਲੇ ਰੂਹ ਵਿੱਚ ਵਲੇਟਿਆ ਹੋਇਆ ਭਾਈ ਸਤੀਦਾਸ ਕਹਿੰਦਾ ਜਿਸ ਅਵਸਥਾ ਵਿੱਚ ਅੱਜ ਮੈਂ ਖਲੋਤਾਂ ਉੱਬਲਦੀ ਦੇਗ 'ਚ ਬੈਠਾ ਭਾਈ ਦਿਆਲਾ ਕਹਿੰਦਾ ਜਿਹੜੀ ਅਵਸਥਾ 'ਚ ਮੈਂ ਬੈਠਾ ਇੱਥੇ ਹਾਰ ਨਹੀਂ ਸਭ ਜੀਤੇ। ਉੱਬਲੂੰਗਾ ਮਗਰ ਜਿੱਤੂੰਗਾ, ਰੂਹ 'ਚ ਸੜੂੰਗਾ ਮਗਰ ਜਿੱਤੂੰਗਾ, ਆਰੇ ਨਾਲ ਚੀਰਿਆ ਜਾਊਂਗਾ ਮਗਰ ਮੈਂ ਬਾਜੀ ਹਾਰੂ ਨਹੀਂ ਜਿੱਤੂੰਗਾ। ਇਹ ਸਾਰੀ ਅਵਸਥਾ, ਇਹ ਪਾਵਰ, ਇਹ ਕਰੰਟ ਕਿਹਦਾ ਹੈ? ਨਾਨਕ ਨਾਮ ਰਤੇ ਸੁੱਖ ਪਾਇਆ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਜਿੱਤੋ 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 ਬਾਜੀ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਗੁਰੂ 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 ਆਖੋ ਸਤਨਾਮ ਸ੍ਰੀ ਨਾਨਕ ਨਾਮ ਰਤੇ। ਸੱਚਮੁੱਚੀ ਦਰਗਾਹ 'ਚ ਵੇਖਿਆ ਕੋਈ ਸਿਕੰਦਰ ਨਹੀਂ ਬੈਠਾ। ਧਿਆਨ ਦਿਓ ਜੀ,
ਦਰਗਾਹ 'ਚ ਜਾ ਕੇ ਵੇਖਿਆ ਅਤੇ ਉੱਥੇ ਕੋਈ ਸਿਕੰਦਰ ਨਹੀਂ ਬੈਠਾ, ਕੋਈ ਬਾਬਰ ਨਹੀਂ ਬੈਠਾ, ਕੋਈ ਔਰੰਗਜ਼ੇਬ ਨਹੀਂ ਬੈਠਾ, ਕੋਈ ਦੁਨੀਆ ਦੇ ਸ਼ਹਿਨਸ਼ਾਹ ਏਡੇ ਏਡੇ ਵੱਡੇ ਛਤਰਪਤੀ ਦਰਗਾਹ 'ਚ ਕੋਈ ਵੀ ਨਹੀਂ ਬੈਠਾ। ਵੇਖਿਆ ਕਿ ਭਾਈ ਮਤੀ ਦਾ ਸਭ ਬੈਠੇ ਦਰਗਾਹ 'ਚ, ਦਰਗੇ ਜਾਪੇ, ਉੱਚੀ ਬੋਲੋ ਦਰਗੇ, ਦਰਗਾਹ ਦੇ ਵਿੱਚ ਬੈਠੇ ਚੌਂਕੜੇ ਮਾਰ ਕੇ। ਵੇਖਿਆ ਕੋਈ CM ਨਹੀਂ ਬੈਠਾ, ਕੋਈ PM ਨਹੀਂ ਬੈਠਾ, ਕੋਈ ਰਾਸ਼ਟਰਪਤੀ ਨਹੀਂ ਬੈਠਾ, ਕੋਈ ਬਾਦਸ਼ਾਹ ਨਹੀਂ ਬੈਠਾ, ਕੋਈ ਵਜ਼ੀਰ ਨਹੀਂ ਬੈਠਾ, ਜਿਹੜੇ ਇੱਥੇ ਮਿਟ ਗਏ ਉੱਥੇ ਪ੍ਰਗਟ ਹੋ ਗਏ। ਧਿਆਨ ਦਿਓ ਗੁਰੂ ਕੇ ਸਿੱਖੋ, ਜਿਹੜੇ ਇੱਥੇ ਆਪਣੇ ਗੁਰੂ ਦੇ ਨਾਮ ਉੱਤੇ ਆਪਾ ਗਵਾ ਗਏ, ਦਰਗੇ ਜਾਪੇ, ਦਰਗਾਹ 'ਚ ਵੇਖਿਆ ਕਿਸੇ ਨੇ ਜਾ ਕੇ, ਕਿਸੇ ਪ੍ਰੇਮ ਰਤੜੀ ਰੂਹ ਨੇ ਵੇਖਿਆ, ਹੈ ਇਹ ਤਾਂ ਸੁਣਿਆ ਸੀ ਦੇਗ ਵਿੱਚ ਉੱਬਲ ਗਿਆ ਹੈ, ਲੋਕ ਕਹਿੰਦੇ ਸੀ ਇਹ ਤਾਂ ਘੁਲ ਗਿਆ ਪਾਣੀ ਦੇ ਵਿੱਚ, ਇੰਨੇ ਗਰਮ ਪਾਣੀ ਦੇ ਵਿੱਚ ਚੌਂਕੜਾ ਮਾਰਿਆ, ਮਗਰ ਉਹ ਸਾਬਤ ਸੂਰਤ ਚੌਂਕੜਾ ਮਾਰ ਕੇ ਦਰਗਾਹ 'ਚ ਬੈਠਾ। ਆਖੋ ਵਾਹਿਗੁਰੂ। ਜਿਹੜੇ ਕਹਿੰਦੇ ਸੀ ਅਸੀਂ ਤਾਂ ਬਚ ਗਏ, ਚੀਰਿਆ ਤਾਂ ਗਿਆ ਮਤੀ ਦਾਸ, ਆਖੋ ਵਾਹਿਗੁਰੂ। ਦਰਗਾਹ ਦੇ ਵਿੱਚ ਬੈਟਰੀ ਮਾਰ ਕੇ ਵੇਖਿਆ, ਕੋਈ ਔਰੰਗਜ਼ੇਬ ਨਹੀਂ ਦਿਸ ਰਿਹਾ, ਕੋਈ ਕਾਜ਼ੀ ਨਹੀਂ ਦਿਸ ਰਿਹਾ ਹੁਕਮ ਦੇਣ ਵਾਲਾ, ਕੋਈ ਜਲਾਦ ਨਹੀਂ ਦਿਸ ਰਿਹਾ। ਦਰਗਾਹ ਵਿੱਚ ਜਿਹਨਾਂ ਨਾਮ ਜਪਿਆ, ਦਰਗੇ ਜਾਪੇ, ਦਰਗਾਹ ਦੇ ਵਿੱਚ ਵੇਖਿਆ ਅਤੇ ਉਹ ਬੈਠੇ ਚੱਲਿਆ। ਪਤ ਸਿਓ ਜਨਮ ਸਵਾਰ, ਆਪਣੇ ਗੁਰੂ ਦੇ ਸਨਮੁੱਖ ਰਹਿ ਕੇ, ਜਿਹਨੂੰ ਆਪਾਂ ਸ਼ਹੀਦੀ ਸ਼ਬਦ ਵਰਤਦੇ ਹਾਂ, ਸ਼ਹਾਦਤ ਦੇ ਕੇ, ਸ਼ਾਦੀ ਗਵਾਹੀ ਭਰਨੀ, ਸੱਚ ਦੀ ਗਵਾਹੀ ਭਰ ਕੇ ਦਰਗਾਹ ਵਿੱਚ ਚਲੇ ਗਿਆ। ਅਤੇ ਜਦੋਂ ਤੇਗ ਬਹਾਦਰ ਕੇ ਚਲਤ, ਇੱਥੇ ਤਾਂ ਹੈ ਹੈਕਾਰ ਹੋ ਗਈ, ਹੈ 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 ਸਭ ਜਗ ਪਇਓ, ਇੱਥੇ ਤਾਂ ਹਾਹਾਕਾਰ ਹੋ ਗਈ, ਮਗਰ ਜੈ 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 ਸੁਰ ਲੋਕ, ਚਾਰੇ ਸਾਥੀ ਗਏ ਅੱਗੇ ਅੱਗੇ, ਗੁਰੂ ਗਿਆ, ਜਿਉਂਦੇ ਇੱਥੇ ਸੀ, ਜਿਉਂਦੇ ਵੀ ਨਾਨਕ ਕੱਚੜਿਆਂ ਸਿਉਂ ਤੋੜ, ਢੂੰਡ ਸੱਜਣ ਸੰਤ ਪੱਕਿਆ, ਓਏ ਜੀਵੰਦੇ ਵਿਛੜੇ, ਉਹ ਮੋਇਆ ਨਾ ਜਾਈ ਛੋੜ। ਦੇਵੀਆਂ ਵੇਖਿਆ, ਦੇਵਤਿਆਂ ਵੇਖਿਆ, ਉੱਥੇ ਇੱਕ ਦਾ ਸਿਰ ਲੱਥਾ ਹੈ, ਇੱਕ ਚੀਰਿਆ ਗਿਆ ਹੈ, ਇੱਕ ਅੱਗ ਸਾੜ ਦਿੱਤਾ ਗਿਆ ਹੈ, ਇੱਕ ਉਬਲਦੀ ਦੇਗ ਵਿੱਚ ਬਾਲ ਦਿੱਤਾ ਗਿਆ ਹੈ, ਮਗਰ ਦਰਗਾਹ ਦੇ ਵਿੱਚ ਜੈ ਜੈਕਾਰਾਂ ਹੋਣੀਆਂ ਹੈ ਅਤੇ ਚਾਰੇ ਜੀਂਦੇ ਨੇ। ਚੱਲਿਆ ਪਤ ਸਿਓ ਜਨਮ ਸਵਾਰ, ਵਾਜਾ ਵਾਏ ਸੀ ਆ ਨਾਨਕ ਆਪ ਨਿਹਾਲ, ਸਭ ਕੁਲ ਤਾਰਸੀ ਮਾਣ ਸਕਿਆ ਵਿਚਾਰਾ, ਤੇ ਲੋਕ ਸੁਣਾਏ ਸੀ, ਤਿੰਨਾਂ ਲੋਕਾਂ ਵਿੱਚ ਵਾਜੇ ਵੱਜੇ ਜੈ ਜੈਕਾਰਾਂ ਹੋਈਆਂ, ਮੇਰੇ ਬਾਬੇ ਗੁਰੂ ਤੇਗ ਬਹਾਦਰ ਮਹਾਰਾਜ ਦੀਆਂ, ਭਾਈ ਮਤੀ ਦਾਸ ਦੀਆਂ, ਭਾਈ ਸਤੀ ਦਾਸ ਦੀਆਂ, ਭਾਈ ਦਿਆਲੇ ਦੀਆਂ, ਨਾਨਕ ਨਾਮ ਰਤੇ ਸੁੱਖ ਪਾਇਆ, ਸੁੱਖਾਂ ਦੀ ਪ੍ਰਾਪਤੀ ਹੋਈ ਨਾਮ ਜਪ ਕੇ। ਆਓ ਹੁਣ ਅੱਜ ਦੇ ਸ਼ਬਦ ਦੀ ਵਿਚਾਰ ਕਰੀਏ। ਗਰੀਬ ਨਿਵਾਜ ਦਇਆ ਕਰੇ, ਚੌਂਕੜੇ ਮਾਰੋ, ਮੇਰਾ ਸਤਿਗੁਰੂ, ਮੈਂ ਅੱਜ ਸ਼ਬਦ ਦੇ ਦਰਸ਼ਨ ਕਰ ਰਿਹਾ ਸਾਂ ਘਰ ਬੈਠਾ। ਆਖੋ ਵਾਹਿਗੁਰੂ। ਕਮਰੇ ਵਿੱਚ ਬੈਠਾ
ਮੇਰਾ ਸਤਿਗੁਰੂ ਗੁਰਮੁਖ ਨੂੰ ਇੰਨਾ ਉਭਾਰ ਰਿਹਾ ਹੈ, ਗੁਰਮੁਖ ਨੂੰ ਇੰਨਾ ਉਭਾਰ ਰਿਹਾ ਹੈ, ਗੁਰਮੁਖ ਨੂੰ ਇੰਨਾ ਉਭਾਰ ਰਿਹਾ। ਅੱਜ ਵਾਲੇ ਸ਼ਬਦ ਵਿੱਚ ਮੇਰੇ ਸਤਿਗੁਰੂ ਗਰੀਬ ਨਵਾਜ਼ ਪਾਤਸ਼ਾਹ ਕਹਿੰਦੇ, ਸਿੱਧੋ ਜਿਤਨਾ ਕੋਈ ਜ਼ਿਮੀਂਦਾਰ ਪੈਲੀ ਬਣਾਉਂਦਾ ਹਾਜ਼ਰ ਰਹੋ। ਕੀ ਗੱਲ ਹੋ ਗਈ, ਕੀ ਵੇਖ ਰਿਹਾ ਸਬੂਤ ਵਿੱਚ? ਜਿਤਨਾ ਕੋਈ ਜ਼ਿਮੀਂਦਾਰ ਪੈਲੀ ਬਣਾਉਂਦਾ, ਵਾਹ ਵਾਹ ਕੇ ਐਂ ਬਰੀਕ ਕਰ ਦਿੰਦਾ, ਘਾਹ ਘੂਹ ਚੁੱਕ ਕੇ ਪੂਰੀ ਤਿਆਰੀ ਕਰਦਾ, ਮਗਰ ਉਹ ਗੰਦ ਬੀਜਣ ਨੂੰ ਨਹੀਂ ਹਾਜ਼ਰ ਹੋ ਜੀ। ਕੀ ਕਾਹਦੇ ਲਈ? ਚੰਗੇ ਬੂਟੇ ਲਾਉਣ ਨੂੰ। ਇਹ ਧਰਤੀ ਵੀ ਜਿਹੜੀ ਮੇਰੇ ਸਾਹਿਬ ਨੇ ਸਾਜੀ ਨਾ, ਗੁਰਮੁਖ ਧਰਤੀ ਸੱਚ ਹੈ ਸਾਜੀ, ਨਹੀਂ ਪਤਾ ਲੱਗਾ। ਇਹ ਜਿਹੜੀ ਸੱਚੇ ਨੇ ਧਰਤੀ ਬਣਾਈ ਹੈ ਨਾ, ਇਹ ਗੁਰਮੁਖਾਂ ਦੇ ਰਹਿਣ ਨੂੰ ਬਣਾਈ। ਇੱਥੇ ਗੁਰਮੁਖ ਪੈਦਾ ਹੋਣ, ਇੱਥੇ ਧਰਮੀ ਪੈਦਾ ਹੋਣ, ਆਖੋ ਵਾਹਿਗੁਰੂ, ਮਗਰ ਉੱਗ ਕੀ ਖਲੋਤਾ, ਗੰਦ। ਮੈਂ ਕਈ ਵਾਰ ਵਿਚਾਰ ਕੀਤੇ, ਹਾਜ਼ਰ ਰਹੋ ਸੁਣਿਓ ਗੁਰੂ ਕੇ ਸਿੱਖੋ, ਦੋ ਤਰ੍ਹਾਂ ਦੀਆਂ ਮੱਖੀਆਂ ਹੁੰਦੀਆਂ। ਆਮ ਘਰਾਂ ਦੀ ਮੱਖੀ ਆਪਾਂ ਕਿਉਂ ਸਪਰੇ ਕਰਕੇ ਮਾਰਦੇ ਹਾਂ? ਧਿਆਨ ਦਿਓ ਜੀ ਗੁਰੂ ਕੇ ਸਿੱਖੋ, ਪਕੜ ਰਹੇ ਹੋ? ਇਸ ਮੱਖੀ ਨੂੰ ਮਾਰਦੇ ਨੇ, ਹੁਣ ਤਾਂ ਉਹ ਆਈ ਚੰਬੜ ਜਾਂਦੀ ਨਾਲ ਤੇ ਮਰ ਜਾਂਦੀ, ਪਤਾ ਲੱਗਾ। ਸ਼ਹਿਦ ਦੀ ਮੱਖੀ ਨੂੰ ਕਿਸੇ ਨੇ ਸਪਰੇ ਕੀਤੀ ਕਦੀ? ਬੋਲੋ ਗੁਰੂ ਕੇ ਸਿੱਖੋ। ਮਗਰ ਅੱਜ ਉਲਟਾ ਹੋ ਗਿਆ, ਸ਼ਹਿਦ ਦੀ ਮੱਖੀ ਸੰਸਾਰ ਨੂੰ ਮਿੱਠਾ ਵੰਡਣ ਵਾਲੀ, ਆਖੋ ਵਾਹਿਗੁਰੂ। ਉਸ ਮੱਖੀ ਦੇ ਵਿੱਚ ਗੰਦ ਖਾਣ ਦੀ ਆਦਤ ਹੈ, ਡੰਗ ਹੈ ਨਹੀਂ, ਨਹੀਂ ਪਤਾ ਲੱਗਾ। ਜਿਹੜੀ ਆਮ ਮੱਖੀ ਆ ਜਿਹੜੀ ਸਪਰੇ ਕਰਕੇ ਮਾਰਦੇ ਹਾਂ, ਉਹਦੇ ਵਿੱਚ ਗੰਦ ਖਾਣ ਦੀ ਆਦਤ ਹੈ ਮਗਰ ਡੰਗ ਨਹੀਂ ਹੈਗਾ ਵਿੱਚ। ਉਹ ਮਿੱਠਾ ਦਿੰਦੀ ਹੈ ਕਿਹੜੀ, ਮਗਰ ਉਹਦੇ ਵਿੱਚ ਇੱਕ, ਉਹਦੇ ਵਿੱਚ ਮਿਠਾਸ ਵੀ ਹੈ, ਉਹਦੇ ਵਿੱਚ ਡਿਫੈਂਸ ਵੀ ਹੈ। ਧਿਆਨ ਦੇਣਾ, ਆਪਣਾ ਡਿਫੈਂਸ ਵੀ ਹੈ, ਜੇ ਕੋਈ ਹੱਥ ਲਾਉਂਦਾ ਹੈ ਤਾਂ ਉਹਦੇ ਕੋਲ ਇੱਕ ਡੰਗ ਹੈ। ਸਿੱਖ ਵੀ ਇੱਕ ਇਸ ਤਰ੍ਹਾਂ ਦੀ ਸ਼ਹਿਦ ਦੀ ਮੱਖੀ ਸੀ, ਜਿਹਨੇ ਆਦਤੋਂ ਹਿੰਦੁਸਤਾਨ ਨੂੰ ਸ਼ਹਿਦ ਖਵਾਇਆ, ਸ਼ਹਿਦ ਇਹਨਾਂ ਦੇ ਕੌੜੇ ਮੂੰਹ ਦੇ ਵਿੱਚ ਮਿੱਠਾ ਪਾਇਆ, ਆਖੋ ਵਾਹਿਗੁਰੂ। ਓ ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਇਹਨਾਂ ਦੀਆਂ ਕਿੰਨੇ ਹਜ਼ਾਰ ਲੜਕੀਆਂ ਬੰਨ ਕੇ ਲੈ ਗਿਆ ਸੀ ਅਹਿਮਦ ਸ਼ਾਹ ਅਬਦਾਲੀ, ਕੋਈ ਨਹੀਂ ਸੀ ਉੱਠਿਆ ਇਹਨਾਂ ਦਾ ਮਰਦ, ਕੋਈ ਮਰਾਠਾ ਨਹੀਂ ਉੱਠਿਆ, ਕੋਈ ਰਾਜਪੂਤ ਨਹੀਂ ਉੱਠਿਆ, ਆਖੋ ਵਾਹਿਗੁਰੂ। ਜਿਹੜੇ ਅੱਜ ਬੜੀਆਂ ਬੜੀਆਂ ਟਹਿਣਾ ਮਾਰਦੇ, ਆਖੋ ਵਾਹਿਗੁਰੂ, ਇਹਨਾਂ ਵਿੱਚੋਂ ਕੋਈ ਉਹਦੇ ਪਿੱਛੇ ਨਹੀਂ ਗਿਆ, ਸਭ ਛੁਪ ਕੇ ਬਹਿ ਗਏ। ਜਿਹਦੀ ਧੀ ਨੂੰ ਬਾਂਹ ਫੜ ਕੇ ਅਬਦਾਲੀ ਦੇ ਸਿਪਾਹੀ ਨੇ ਆਖਿਆ, ਕਿਹਦੀ ਧੀ ਆ, ਹਾਜ਼ਰ ਰਿਹੋ? ਅਬਦਾਲੀ ਦੇ ਸਿਪਾਹੀ ਨੇ ਧੀ ਦੀ ਬਾਂਹ ਫੜ ਕੇ ਆਖਿਆ, ਕਿਹਦੀ ਧੀ ਆ? ਅਤੇ ਪਿਓ ਨੇ ਕਿਹਾ, ਮੇਰੀ ਨਹੀਂ। ਪਕੜ ਰਹੇ ਹੋ ਜੀ? ਕੀ ਆਖਿਆ? ਇਹ ਮੇਰੀ ਧੀ ਨਹੀਂ। ਜਿਹਦੀ ਭੈਣ ਨੂੰ ਬੜੇ ਖੱਬੀ ਖਾਂ ਦੇ ਨੂੰ ਜਿਹੜੇ ਬਣੇ ਫਿਰਦੇ ਹੁਣ ਵੀ, ਜਦੋਂ ਬਾਂਹ ਫੜ ਕੇ ਲੈ ਕੇ ਚੱਲਿਆ ਤਾਂ ਉਹਨੇ ਇਹ ਕਿਹਾ, ਇਹ ਕਿਹਦੀ ਭੈਣ ਆ? ਅਤੇ ਭਰਾ ਨੇ ਸਿਰ ਨੀਵਾਂ ਕਰਕੇ ਆਖਿਆ, ਮੇਰੀ ਭੈਣ ਨਹੀਂ। ਮਗਰ ਕਮਾਲ ਦੀ ਗੱਲ, ਜਿਹਦੀ ਭੈਣ ਨਹੀਂ ਸੀ, ਬੈਠ ਜਾ ਵੀ,
ਜਿਹਦੀ ਭੈਣ ਨਹੀਂ ਸੀ, ਉਹਨਾਂ ਨੇ ਘੇਰਾ ਪਾ ਲਿਆ ਅਬਦਾਲੀ ਨੂੰ। ਉਸ ਉਹਨਾਂ ਮੱਖੀਆਂ ਨੇ ਜਿਨ੍ਹਾਂ ਦੇ ਮੂੰਹ 'ਚ ਵਾਹਿਗੁਰੂ ਮਿੱਠਾ ਸੀ, ਮੂੰਹ ਦੇ ਵਿੱਚ ਵਾਹਿਗੁਰੂ ਦਾ ਸਿਮਰਨ ਸੀ, ਗਲ ਵਿੱਚ ਸ਼ਸਤਰ ਸੀ, ਡੰਗ ਵੀ ਹੈਗਾ ਸੀ, ਉਹਨਾਂ ਮੱਖੀਆਂ ਨੇ। ਤੁਸੀਂ ਆਹ ਮੱਖੀਆਂ ਵੱਲ ਉਂਗਲ ਕਰੋ, ਇਹਨਾਂ ਨੂੰ ਕੋਈ ਹਰਕਤ ਨਹੀਂ, ਕਿਉਂਕਿ ਗੰਦ ਦੀਆਂ ਮੱਖੀਆਂ ਨਹੀਂ ਹਾਜ਼ਰ ਹੋ, ਪਕੜ ਨਹੀਂ ਰਹੇ। ਆ ਜਿਹੜੀਆਂ ਸੰਸਾਰ ਦੀਆਂ ਆਮ ਮੱਖੀਆਂ ਘਰਾਂ ਵਿੱਚ, ਇਹਨਾਂ ਵੱਲ ਉਂਗਲ ਕਰੋ, ਇਹਨਾਂ ਵਿੱਚ ਕੋਈ ਡੰਗ ਨਹੀਂ, ਇਹ ਪਿੱਛੇ ਨਹੀਂ ਦੌੜਦੀਆਂ। ਜਿਹਨਾਂ ਕੋਲ ਡੰਗ ਸੀ, ਕਿਸੇ ਨੇ ਉਂਗਲ ਕੀਤੀ ਹਿੰਦੁਸਤਾਨ ਵੱਲ, ਉਹ ਦੁਨੀਆ ਦੇ ਲੋਕੋ ਸਾਡਾ ਇਤਿਹਾਸ ਵੇਖੋ, ਸਾਡਾ ਚਿਹਰਾ ਵੇਖੋ, ਸਾਨੂੰ ਕੋਈ ਪਰਵਾਹ ਨਹੀਂ ਜੇ ਮਰਨ ਦੀ। ਤੁਸੀਂ ਜਿੰਨੀਆਂ ਮਰਜ਼ੀ ਸੋਚਾਂ ਸੋਚੋ, ਜਿੰਨਾ ਮਰਜ਼ੀ ਇਸ ਰੂਪ ਨੂੰ ਮਾਰਨਾ ਚਾਹੋ, ਆਖੋ ਵਾਹਿਗੁਰੂ। ਅਸੀਂ ਮਰੇ ਤਾਂ ਕਿ ਸ਼ਹਿਦ ਦੀ ਮੱਖੀ 'ਚ ਇੱਕ ਸੁਭਾਅ ਹੁੰਦਾ, ਇਕੱਠੇ ਰਹਿਣਾ, ਨਹੀਂ ਪਤਾ ਲੱਗਾ ਸਾਡਾ ਇਕੱਠ ਟੁੱਟ ਗਿਆ, ਪਤਾ ਲੱਗਾ ਜੀ ਸਾਡੀ ਏਕਤਾ ਟੁੱਟ ਗਈ, ਪਹਿਲਾ ਸੁਭਾਅ ਸਾਡਾ ਖਤਮ ਹੋਇਆ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪ, ਉੱਚੀ ਬੋਲੋ, ਜਿਸ ਤਰ੍ਹਾਂ ਮਧੂ ਮੱਖੀਆਂ ਇਕੱਠੀਆਂ ਰਹਿੰਦੀਆਂ। ਮੇਰਾ ਬਾਬਾ ਕਹਿੰਦਾ ਸਤਸੰਗਤ ਵਿੱਚ ਰਲ ਕੇ ਗੁਰੂ ਕਾ ਸਿੱਖ ਇਕੱਠਾ ਬੈਠੇ, ਉਹ ਵੀ ਗਿਆ, ਉਂਗਲ ਕੀਤੀ ਹਿੰਦੁਸਤਾਨ ਵੱਲ ਅਤੇ ਆਖਿਆ ਜਿਹੜੀਆਂ ਲੈ ਕੇ ਚੱਲੇ ਹਾਂ ਬਹੁ ਬੇਟੀਆਂ ਹਿੰਦੁਸਤਾਨ ਦੀਆਂ, ਇਹ ਕਿਹਦੀਆਂ ਭੈਣਾਂ ਨੇ? ਖਾਲਸੇ ਨੇ ਕਿਹਾ ਮੇਰੀਆਂ। ਉਹ ਸਿਰ ਨਿਵਾ ਗਏ ਸੀ, ਹਾਜ਼ਰ ਹੋ, ਜਿਨ੍ਹਾਂ ਦੀਆਂ ਸਕੀਆਂ ਭੈਣਾਂ ਸੀ, ਜਿਹੜੇ ਪਿਓ ਦੀ ਧੀ ਚੁੱਕੀ, ਉਹ ਪਿਓ ਸਿਰ ਨੀਵਾਂ ਕਰਕੇ ਕਹਿੰਦਾ ਸੀ ਇਹ ਮੇਰੀ ਕੁਛ ਨਹੀਂ ਲੱਗਦੀ, ਇਹਨੂੰ ਲੈ ਜਾਓ, ਮੇਰੀ ਜਾਨ ਬਖਸ਼ ਦਿਓ। ਇੱਕ ਗੁਰੂ ਕਾ ਖਾਲਸਾ ਸੀ, ਹਿੰਦੁਸਤਾਨ ਦੀ ਹਰ ਬਹੁ ਬੇਟੀ ਨੂੰ ਜਦੋਂ ਉਹਨੇ ਆਖਿਆ ਕਿਹਦੀਆਂ ਨੇ, ਅਤੇ ਖਾਲਸੇ ਨੇ ਕਿਹਾ ਮੇਰੀਆਂ ਭੈਣਾਂ ਅਤੇ ਮੇਰੀਆਂ ਧੀਆਂ, ਮੈਂ ਲੈ ਕੇ ਚੱਲਿਆ। ਜੱਸਾ ਸਿੰਘ ਰਾਮਗੜੀਏ ਨੇ ਆਖਿਆ ਮੇਰੇ ਹੁੰਦਿਆਂ, ਆਲੂ ਵਾਲੀਏ ਨੇ ਆਖਿਆ ਮੇਰੇ ਹੁੰਦਿਆਂ, ਨਵਾਬ ਕਪੂਰ ਸਿੰਘ ਨੇ ਆਖਿਆ ਮੇਰੇ ਹੁੰਦਿਆਂ, ਜਿੰਨਾ ਚਿਰ ਮੇਰੇ ਸਰੀਰ 'ਚ ਸਵਾਸ ਚੱਲਦੇ ਨੇ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਅਸੀਂ ਖੰਡ ਨਹੀਂ ਦੇਣੀਆਂ। ਮਗਰ ਕਮਾਲ ਦੀ ਕਹਾਣੀ, ਹਿੰਦੁਸਤਾਨ ਦੇ ਲੋਕਾਂ ਦੀ ਮੱਤ ਮਾਰੀ ਗਈ, ਇਹ ਸ਼ਿਕਾਰ ਵੀ ਕਰਦੇ ਨੇ ਅਤੇ ਸ਼ਹਿਦ ਦੀਆਂ ਮੱਖੀਆਂ ਦਾ, ਪਕੜ ਰਹੇ ਹੋ, ਜਿਹੜੀਆਂ ਨੇ ਕੀ ਦਿੱਤਾ, ਸ਼ਹਿਦ ਦਿੱਤਾ ਅਤੇ ਡੰਗ ਵੀ ਸੀ। ਕੋਈ ਜੁਰਮਾਨਾ ਆਉਂਦਾ ਸੀ ਉਹਦਾ ਮੂੰਹ ਮੋੜਨ ਨੂੰ ਕੋਈ ਅੱਗੇ ਨਹੀਂ ਆਇਆ, ਮਗਰ ਜਿਹੜਾ ਸਰੂਪ ਅੱਗੇ ਆਇਆ ਉਸ ਸਰੂਪ ਨੂੰ ਅੱਜ ਸ਼ਿਕਾਰ ਕੀਤਾ ਜਾ ਰਿਹਾ, ਉਸ ਸਰੂਪ ਨੂੰ ਸਪਰੇਅ ਕੀਤੀ ਜਾ ਰਹੀ, ਗੰਦ ਵੱਧ ਰਿਹਾ। ਇੱਕ ਡੇਰੇਦਾਰ ਲੰਘੇ, ਕੋਈ ਹਾਜ਼ਰ ਹੋ, ਇੱਕ ਡੇਰੇਦਾਰ ਤੁਹਾਡੇ ਕੋਲੋਂ ਦੀ ਕੋਈ ਲੰਘੇ, ਉਹਦੇ ਨਾਲ 25 ਗੱਡੀਆਂ ਸਿਕਿਉਰਿਟੀ ਦੀਆਂ ਲਾਈਆਂ ਨੇ, ਗੰਦ ਪੈਦਾ ਹੋਵੇ ਅਤੇ ਧਰਮੀ ਮਰੇ, ਵੇਖੋ ਇਹਨਾਂ ਦੀ ਬੁੱਧੀ, ਲੋਕਾਂ ਦੀ, ਹਿੰਦੁਸਤਾਨ ਦੇ ਲੋਕਾਂ ਦੀ ਬੁੱਧੀ ਵੇਖੋ। ਜਿੰਨਾ ਡੇਰੇਦਾਰ ਪਾਲਿਆ ਕਿਹਨਾਂ ਨੇ ਪਾਲਿਆ, ਗੌਰਮੈਂਟ ਦੀਆਂ ਏਜੰਸੀਆਂ ਨੇ, ਵੇਖੋ ਇਹਨਾਂ ਦੀ ਸੋਚ ਕੀ ਬਣ ਗਈ। ਅੱਜ ਬਾਬਾ ਨਾਨਕ ਕਹਿੰਦਾ ਦੁਨੀਆ ਦੇ ਲੋਕੋ ਸਿੱਧੋ, ਇਹ ਜਿਹੜੀ ਧਰਤੀ ਬਣਾਈ ਹੈ ਨਾ ਗੁਰਮੁਖ ਪੈਦਾ ਕਰਨ ਨੂੰ ਬਣਾਈ, ਇਹ ਜੱਗ ਸੱਚੇ ਕੀ ਹੈ, ਅਤੇ ਜੇ ਸੱਚੇ ਦੀ ਕੋਠੜੀ ਹੈ ਤਾਂ ਇਹਦੇ 'ਚ ਵਾਸਾ ਕਰਨ ਵਾਲੇ ਵੀ ਸੱਚੇ ਸੱਚੇ। ਮਗਰ ਇਹ ਹੁਣ ਕਬੀਰ ਧਰਤੀ, ਉੱਚੀ ਬੋਲੋ, ਸਾਧਕੀ, ਮਗਰ ਕਬਜ਼ਾ ਕਿਹਨਾਂ ਦਾ ਹੋ ਗਿਆ, ਤਸਕਰ, ਤਸਕਰ, ਤਸਕਰ ਬਣੇ, ਆਖੋ ਵਾਹਿਗੁਰੂ।
ਜੇ ਇਹ ਸਾਹਮਣੇ ਫੋਟੋ ਵੇਖ ਕੇ ਡੰਗ ਵਾਲੀ ਮੱਖੀ ਦੀ ਅਤੇ ਗੰਦ ਵਾਲੀ ਮੱਖੀ ਦੀ ਜੇ ਤੁਹਾਡੀ ਖੋਪਰੀ ਹੁਣ ਵੀ ਸੁਚੇਤ ਨਹੀਂ ਹੋ ਰਹੀ ਤਾਂ ਸਮਝ ਲਓ ਫਿਰ ਦੁਨੀਆ ਦੇ ਲੋਕੋ ਆਪਣੀ ਹੁਣ ਤਕਦੀਰ ਹੀ ਮਾੜੀ, ਆਪਾਂ ਕੀ ਕਰ ਸਕਦੇ ਹਾਂ ਜੇ ਹੁਣ ਵੀ ਇਸ ਤਰ੍ਹਾਂ ਫਿਰ ਕੀ ਬਣਨਾ ਇਸ ਸੰਸਾਰ ਦਾ। ਇਹ ਜੱਗ ਸੱਚੇ ਕੀ ਹੈ, ਇਸ ਕੋਠੜੀ 'ਚ ਹੁਣ ਕੌਣ ਰਹਿੰਦਾ ਸੱਚਾ, ਧਰਤੀ 'ਤੇ ਕਬਜ਼ਾ ਕਿਹਦਾ ਹੈ। ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਚੋਰਾਂ ਦਾ ਕਬਜ਼ਾ ਹੋ ਗਿਆ, ਚੋਰ ਲੋਕ ਕੋਈ 28 ਲੱਖ ਕਰੋੜ ਲੈ ਕੇ ਭੱਜ ਗਿਆ ਉਹ ਕਬਜ਼ਾ, ਕੋਈ 500 ਕਰੋੜ ਲੈ ਕੇ ਭੱਜ ਗਿਆ ਉਹ ਵੀ ਇੱਥੋਂ ਦਾ ਵਾਸੀ ਹੈ। ਕਬਜ਼ਾ ਕਿਹਨਾਂ ਦਾ ਹੈ, ਉਹਨਾਂ ਦਾ, ਕਲਮ ਉਹਨਾਂ ਦੇ ਹੱਥ ਵਿੱਚ, ਅਦਾਲਤਾਂ ਉਹਨਾਂ ਦੀਆਂ, ਪੁਲਿਸਾਂ ਉਹਨਾਂ ਦੀਆਂ, ਕਿਹਨਾਂ ਦੀਆਂ, ਚੋਰਾਂ ਦੀਆਂ। ਆਖੋ ਵਾਹਿਗੁਰੂ। ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਏ, ਤਸਕਰ ਕਬਜ਼ਾ ਕਰਕੇ ਬਹਿ ਗਏ। ਮੇਰਾ ਬਾਬਾ ਕਹਿੰਦਾ ਸਿੱਧੂ, ਇਹ ਧਰਤੀ ਰੱਬ ਨੇ ਬਣਾਈ ਸੀ ਗੁਰਮੁਖਾਂ ਨੂੰ ਪੈਦਾ ਕਰਨ ਨੂੰ। ਗੁਰਮੁਖ ਧਰਤੀ ਸਾਚੇ ਸਾਜੀ, ਸੱਚੇ ਨੇ ਧਰਤੀ ਤਾਂ ਸਾਜੀ ਸੀ, ਇੱਥੇ ਨਾਮ ਰਤਣੀਆਂ ਰੂਹਾਂ ਪੈਦਾ ਹੋਣ। ਅੱਖ ਵਾਹਿਗੁਰੂ। ਆਪ ਜਪਣ ਅਤੇ ਲੋਕਾਂ ਨੂੰ ਜਪਾਉਣ। ਵਾਹਿਗੁਰੂ 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 ਵਾਹਿਗੁਰੂ। ਜੁੜ ਕੇ ਜਪਿਆ ਕਰੋ, ਜੁੜ ਕੇ ਅੱਗੇ ਪਿੱਛੇ ਨਾ ਆਵਾਜ਼ ਆਵੇ। ਵਾਹਿਗੁਰੂ 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 ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਖੇਡ ਵਿੱਚ ਇੱਕ ਖੇਡ ਬਣਾਈ ਮਾਲਕ ਨੇ ਇਸ ਧਰਤੀ 'ਤੇ, ਕਿਸੇ ਨੂੰ ਪੈਦਾ ਕਰ ਦੇਣਾ, ਬੋਲੋ, ਕਿਸੇ ਨੂੰ ਪੈਦਾ ਕਰ ਦੇਣਾ ਅਤੇ ਕਿਸੇ ਨੂੰ ਮਾਰ ਦੇਣਾ। ਆਵਣ ਜਾਣ ਇੱਕ ਖੇਲ ਬਣਾਇਆ, ਇੱਥੇ ਵੀ ਲਿਖਿਆ ਤਿਸ ਮੈਂ ਉਪਤ ਖਪਤ, ਉਪਤ ਉਤਪਤੀ ਕਰ ਦੇਣੀ, ਖਪਤ ਖਪਾ ਦੇਣੇ, ਸੋ ਬਾਜੀ, ਸੋ ਬਾਜੀ ਮੈਨੇ ਖੇਡ। ਰੱਬ ਨੇ ਇਹ ਧਰਤੀ ਗੁਰਮੁਖਾਂ ਲਈ ਬਣਾ ਕੇ ਇੱਕ ਐਸੀ ਖੇਡ ਬਣਾਈ ਵੀ ਕਿਸੇ ਨੂੰ ਪੈਦਾ ਕਰੀ ਜਾਂਦਾ ਹੈ। ਜੇ ਤੁਸੀਂ ਸੋਚੋ, ਜਿੰਨੇ ਪੈਦਾ ਕੀਤੇ ਜੇ ਉਹਨਾਂ ਨੂੰ ਮਾਰੇ ਨਾ, ਤਾਂ ਤੁਹਾਡੇ ਘਰ ਦੇ ਵਿੱਚ ਜਿੰਨੇ ਪੁਰਾਣੀਆਂ ਚੀਜ਼ਾਂ ਹੋ ਜਾਂਦੀਆਂ, ਤੁਸੀਂ ਕੀ ਚਾਹੁੰਦੇ ਹੋ, ਬੋਲੋ ਜੀ। ਨਹੀਂ ਨਹੀਂ, ਪਹਿਲਾਂ ਪੁਰਾਣਿਆਂ ਦਾ ਕੀ ਕਰਨਾ ਜੀ, ਮੇਰਾ ਮੇਰੇ ਵੱਲ ਵੇਖੋ ਨਾ। ਪੁਰਾਣੇ ਸਰੀਰਾਂ ਨੂੰ ਤੁਸੀਂ ਚਾਹੁੰਦੇ ਹੋ, ਪੁਰਾਣੀਆਂ ਚੀਜ਼ਾਂ ਨੂੰ ਚਾਹੁੰਦੇ ਹੋ ਵੀ ਇਹਨਾਂ ਨੂੰ ਹੁਣ ਘਰ ਦੇ ਵਿੱਚੋਂ ਬੰਨੇ ਕਰ ਦਈਏ, ਬੁਰੀਆਂ ਲੱਗਦੀਆਂ। ਜੇ ਤੁਸੀਂ ਸੋਚੋ ਰੱਬ ਪੁਰਾਣੇ ਬੰਦਿਆਂ ਨੂੰ ਇੱਥੋਂ ਚੁੱਕਦਾ ਨਾ, ਕਿੱਥੇ ਰਹਿੰਦੇ ਹੋ। ਇੱਕ ਖੇਡ ਬਣਾਤੀ, ਇੱਕ ਸੰਤੁਲਨ ਬਣਾਤਾ, ਕਿਸੇ ਨੂੰ ਪੈਦਾ ਕਰੀ ਜਾਂਦਾ ਹੈ, ਕਿਸੇ ਨੂੰ ਚੁੱਕੀ ਜਾਂਦਾ ਹੈ। ਉਸ ਮਾਲਕ ਨੇ ਇਸ ਧਰਤੀ ਦਾ ਇੱਕ ਐਸਾ ਨਕਸ਼ਾ ਬਣਾਇਆ, ਇੱਕ ਇਹਨਾਂ ਨੂੰ ਭੇਜੀ ਜਾਂਦਾ, ਇੱਕ ਇਹਨਾਂ ਨੂੰ ਲਿਜਾ ਰਿਹਾ। ਮੇਰੇ ਸਤਿਗੁਰੂ ਸਿੱਧਾਂ ਨੂੰ ਪੁੱਛ ਰਹੇ, ਸਿੱਧਾਂ ਨੇ ਸਵਾਲ ਕੀਤਾ, ਗਰੀਬ ਨਵਾਜ, ਇਹ ਕੀ ਖੇਲ ਕੀ ਆ, ਕੋਈ ਜੰਮ ਰਿਹਾ, ਕੋਈ ਮਰ ਰਿਹਾ। ਸਾਹਿਬ ਨੇ ਆਖਿਆ ਇਹ ਜ਼ਰੂਰੀ ਆ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ, ਇਹ ਜੰਮਣ ਅਤੇ ਮਰਨ ਹੁਕਮ ਵਿੱਚ ਆ, ਜੰਮਣਾ ਵੀ ਹੁਕਮ 'ਚ ਆ। ਉੱਚੀ ਬੋਲਿਆ ਕਰੋ, ਅਤੇ ਫਿਰ ਹੁਕਮ 'ਤੇ ਮਾੜਾ ਹੁੰਦਾ ਹੀ ਨਹੀਂ। ਜਦੋਂ ਕੋਈ ਮਰ ਜਾਂਦਾ ਫਿਰ ਲੋਕ ਬੜਾ ਰੋਂਦੇ। ਖੈਰ 15 ਮਿੰਟ ਖਾਧੇ ਗਏ ਸੀ, ਥੋੜ੍ਹਾ ਸਮਾਂ ਰਹਿ ਗਿਆ। ਜਿਸ ਵਿੱਚ ਉਪਤ ਖਪਤ ਸੋ ਬਾਜੀ, ਅੱਗੇ ਬੜੇ ਪਿਆਰੇ ਸ਼ਬਦ ਕਹਿਣਗੇ,
ਗੁਰ ਕੈ ਸ਼ਬਦ ਗੁਰਮੁਖ ਜਿਹੜੇ ਰਪੈ ਰੰਗ ਲਾਏ, ਜਿਹੜੇ ਗੁਰਮੁਖ ਹੁੰਦੇ ਉਹ ਕਿਸ ਤਰ੍ਹਾਂ ਰੰਗੇ ਜਾਂਦੇ? ਗੁਰੂ ਦੇ ਸ਼ਬਦ ਵਿੱਚ ਜੁੜ ਕੇ। ਸਿੱਧਾ ਨੂੰ ਦੱਸ ਰਹੇ, ਧੂਣੀਆਂ ਤਾਂ ਕੇ ਨਹੀਂ, ਸਵਾਵਾਂ ਮਲ ਕੇ ਨਹੀਂ, ਕੀ ਕਰਕੇ? ਗੁਰੂ ਦੇ ਸ਼ਬਦ ਵਿੱਚ ਵਾਹਿਗੁਰੂ 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 ਵਾਹਿ ਜਿਹੜੇ ਜਿਹੜੇ ਜੁੜ ਜਾਣਗੇ ਰੰਗ ਚੜ ਜੂ। ਵਾਹਿਗੁਰੂ 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 ਵਾਹਿ ਅਕ ਸਤਨਾਮ ਸ੍ਰੀ। ਇੱਕ ਇਸ਼ਾਰਾ ਰੰਗ ਦਾ ਆਇਆ, ਗੁਰਮੁਖ ਆਪਣੇ ਆਪ ਨੂੰ ਸ਼ਬਦ ਵਿੱਚ ਰੰਗ ਲੈਂਦੇ। ਇੱਥੇ ਅੱਜ ਦੇ ਸਮੇਂ 'ਚ ਕਿਤੇ ਬਾਹਰ ਗਏ ਸਾਂ ਸ਼ਹਿਰ ਦੇ ਵਿੱਚ, ਆਖੋ ਵਾਹਿਗੁਰੂ। ਇੱਕ ਬੀਬਾ ਰਾਣੀ ਵੇਖੀ, ਦਮਾਲਾ ਤਾਂ ਸਿਰ 'ਤੇ ਸਜਾਇਆ ਸੀ, ਹੱਥਾਂ 'ਚ ਨੌ ਮਾਲ ਚਲਾਈ। ਇਸ ਤਰ੍ਹਾਂ ਨਾ ਕਰੋ, ਜਬ ਨਾਚੀ ਤਬ ਘੁੰਘਟ ਕੈਸਾ, ਜੇ ਨੱਚਣਾ ਹੈ, ਜੇ ਗੁਰੂ ਗੋਬਿੰਦ ਸਿੰਘ ਦੇ ਇਸ਼ਕ ਵਿੱਚ ਨੱਚਣਾ ਹੈ ਤਾਂ ਕਾਇਆ ਰੰਗਣ ਜੇ ਥੀਏ ਪਿਆਰੇ, ਨਾਮ ਦੇ ਰੰਗ ਵਿੱਚ ਰੰਗੋ, ਫਿਰ ਨੌ ਪਾਤਸ਼ਾਹ ਨਾ ਲਾਓ, ਰੰਗ ਨਾ ਮਲੋ ਮੂੰਹ ਦੇ ਉੱਤੇ, ਅੰਦਰਲੀ ਸੁਗੰਧੀ ਕੱਢੋ, ਅੰਦਰੋਂ ਅੰਦਰੋਂ ਸੁੰਦਰਤਾ ਕੱਢੋ। ਰੰਗ ਤੁਹਾਡਾ ਭਾਵੇਂ ਕਾਲਾ ਹੋਵੇ ਮਗਰ ਤੁਹਾਡੇ ਚਿਹਰੇ ਵੱਲ ਵੇਖਣ ਲਈ ਲੋਕ ਤਰਸਣ। ਇਸ ਤਰ੍ਹਾਂ ਦੀ ਅੰਦਰੋਂ ਸੁੰਦਰਤਾ ਕੱਢੋ। ਜਿੰਨੀਆਂ ਮੇਰੀਆਂ ਧੀਆਂ ਨੇ ਇੱਥੇ ਦਮਾਲੇ ਸਜਾਏ, ਮੇਰਾ ਤਰਲਾ ਹੈ ਤੁਹਾਨੂੰ, ਜਾਂ ਤਾਂ ਦਮਾਲੇ ਬੰਨੋ ਨਾ, ਜੇ ਦਮਾਲੇ ਬੰਨਣੇ ਤਾਂ ਬੰਨੇ ਹੋਏ ਦਮਾਲੇ ਦੀ ਲਾਜ ਰੱਖੋ। ਤੁਸੀਂ ਗੁਰੂ ਗੋਬਿੰਦ ਸਿੰਘ ਦੀਆਂ ਧੀਆਂ, ਜੇ ਇੱਕ ਰਾਕਸ਼ਸ਼ ਦੀ ਨਹੁੰ ਨੇ ਵੀ ਨਹੁੰ ਪਾਲਸ਼ ਲਾਈ ਹੈ, ਨਹੀਂ ਪਤਾ ਲੱਗਾ? ਇੱਕ ਰਾਕਸ਼ਸ਼ ਪੁਰਖ ਜਿਹੜਾ ਰੱਬ ਨਾਲੋਂ ਟੁੱਟਾ ਹੈ ਉਹਦੀ ਨਹੁੰ ਅਤੇ ਧੀ ਨੇ ਵੀ, ਅਤੇ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਈਨ ਦੇ ਕੇ ਗੁਰੂ ਗੋਬਿੰਦ ਸਿੰਘ ਦੀ ਧੀ ਤੁਰੀ ਆਉਂਦੀ, ਉਹਨੇ ਵੀ ਨਹੁੰ ਪਾਲਸ਼ ਲਾਈ, ਫਰਕ ਕੀ? ਅਬ ਹਮ ਚੱਲੀ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ। ਇਸ ਤਰ੍ਹਾਂ ਦੇ ਬਣ ਕੇ ਰਹੋ, ਸਮਝੀ ਜੇ ਕਿ ਨਹੀਂ ਗੱਲ? ਗੁਰੂ ਕੇ ਸਿੱਖੋ, ਜਦੋਂ ਆ ਹੀ ਗਏ ਹੋ ਮੈਦਾਨ ਵਿੱਚ ਅਤੇ ਹੁਣ ਪੂਰੇ ਉਹਦੇ ਹੋ, ਦੋ ਪਾਸੇ ਪੈਰ ਨਾ ਰੱਖੋ, ਆਖੋ ਵਾਹਿਗੁਰੂ। ਸਾਚ ਰਤੋ ਪਤ ਸਿਉਂ ਘਰ ਜਾਏ, ਮੇਰਾ ਸਾਹਿਬ ਕਹਿੰਦਾ ਜੋਗੀ ਹੋ ਜਿਹੜੇ ਸੱਚ ਵਿੱਚ ਰੰਗੇ ਜਾਂਦੇ ਨੇ ਉਹ ਇੱਜ਼ਤ ਸਤਿਕਾਰ ਨਾਲ ਚੱਲੇ ਜਨਮ ਵੱਖਰ, ਅਤੇ ਪੱਤ ਪਾਏ ਦਰਬਾਰ, ਜਿਹੜੇ ਨਾਮ ਦਾ ਵੱਖਰ ਲੈ ਕੇ ਜਾਂਦੇ ਆ ਉਸ ਮਾਲਕ ਦੇ ਦਰਗਾਹ ਵਿੱਚ ਪੱਤ ਪਾਉਂਦੇ, ਇੱਜ਼ਤ ਪਾਉਂਦੇ। ਇਹ ਸਿੱਧਾਂ 'ਤੇ ਚੋਟਾਂ ਵੱਜ ਰਹੀਆਂ, ਕਿਹਨਾਂ 'ਤੇ? ਜਿਹੜੇ ਧੂਣੀਆਂ ਤੌਣ ਤੋਂ ਅੱਗੇ ਹੀ ਨਹੀਂ ਤੁਰੇ, ਜਿਹੜੇ ਸਵਾਹ ਮਲਣ ਤੋਂ ਅੱਗੇ ਹੀ ਨਹੀਂ ਸੀ ਤੁਰੇ, ਆਖੋ ਵਾਹਿਗੁਰੂ। ਸਾਚ ਰਤੋ ਪਤ ਸਿਉਂ ਘਰ ਜਾਏ, ਅੱਗੇ ਮੇਰੇ ਸਾਹਿਬ ਨੂੰ ਪੁੱਛਿਆ ਮਹਾਰਾਜ ਸੱਚ ਨਾਲ ਨਾ ਰੱਤੇ ਜਾਈਏ, ਹੋਰ ਕਰਮਕਾਂਡ ਕਰੀ ਜਾਈਏ ਅਤੇ ਕੋਈ ਦਰਗਾਹ 'ਚ ਇੱਜ਼ਤ ਨਹੀਂ? ਕਹਿੰਦੇ ਸਾਚ ਸ਼ਬਦ ਬਿਨ ਪਤ ਨਹੀਂ ਪਾਵੇ। ਬੋਲੋ ਭਲਾ,
ਪਕੜ 'ਚ ਆ ਗਿਆ, ਅੱਗੇ ਤੁਰਾਂ ਸਮਾਂ ਜ਼ਿਆਦਾ ਹੋ ਗਿਆ। ਆਖੋ ਵਾਹਿਗੁਰੂ। ਸਾਚ ਸ਼ਬਦ ਬਿਨ ਪਤ ਨਹੀਂ ਪਾਵੇ, ਸਾਚ ਜੇ ਸੱਚੇ ਸ਼ਬਦ ਦੀ ਕਮਾਈ ਨਾ ਕੀਤੀ ਤਾਂ ਦਰਗਾਹ 'ਚ ਕੋਈ ਇੱਜ਼ਤ ਨਹੀਂ ਹੋਣੀ। ਸੱਚੇ ਸ਼ਬਦ ਦੇ ਕਮਾਈ ਨੇ ਦਰਗਾਹ ਵਿੱਚ ਤੁਹਾਡੀ ਇੱਜ਼ਤ ਕਰਾਉਣੀ। ਅੱਗੇ ਜਾ ਕੇ ਸਮਾਪਤੀ ਕਰਦੇ ਸਰਕਾਰ ਕਹਿੰਦੇ ਨਾਨਕ ਬਿਨ ਨਾਮ ਹੈ, ਬੋਲੋ ਹਾਂ। ਕੁਐਸਚਨ ਕੀਤਾ ਕਿਉਂ ਸਾਚ ਸਮਾਵੇ ਨਹੀਂ, ਪਕੜ 'ਚ ਨਹੀਂ ਆਈ ਵੀ ਕਿਉਂ, ਕਿਸ ਤਰ੍ਹਾਂ? ਨਾਮ ਦੀ ਕਮਾਈ ਤੋਂ ਬਿਨਾਂ ਸੱਚ ਵਾਹਿਗੁਰੂ ਪਰਮੇਸ਼ਵਰ ਕਿਤਰਾਂ ਭੇਦ ਜੀਵ ਆਤਮਾ ਹੋ ਸਕਦੀ? ਇੱਕ ਪਾਸੇ ਝੂਠ ਇੱਕ ਪਾਸੇ ਸੱਚ, ਜੇ ਮੈਂ ਨਾਮ ਨਹੀਂ ਜਪੂੰ ਤਾਂ ਕੀ ਹੋਊ? ਝੂਠ, ਬੋਲੋ ਜੀ ਕੀ ਹੋਊ? ਪੈਸਾ ਮੇਰਾ ਝੂਠਾ, ਅਭਿਮਾਨ ਮੇਰਾ ਝੂਠਾ, ਰੰਗ ਮੇਰਾ ਝੂਠਾ, ਸਭ ਝੂਠ ਸੀ, ਮਗਰ ਇੱਧਰ ਤਾਂ ਸੱਚ ਆ, ਅਭੇਦ ਕਿਤਰਾਂ ਹੋਊ? ਸੱਚਾ ਸ਼ਬਦ ਤੁਹਾਨੂੰ ਫਿਲਟਰ ਕਰੂਗਾ, ਕੀ ਕਰੂ? ਤੁਹਾਨੂੰ ਸਾਫ਼ ਕਰੂਗਾ, ਤੁਹਾਨੂੰ ਅੰਦਰੋਂ ਧੋਊਗਾ। ਜਿੱਦਣ ਤੁਸੀਂ ਪੂਰੇ ਧੁੱਪ ਜਾਓਗੇ, ਇਹਦੇ ਵਿੱਚ ਅਭੇਦ ਹੋ ਜਾਓਗੇ ਮਾਲਕ ਵਿੱਚ। ਨਾਨਕ ਸਾਚ ਸ਼ਬਦ ਬਿਨ, ਨਾਨਕ ਬਿਨ ਨਾਵੇਂ ਕਿਉਂ ਸੱਚ ਸਮਾਵੇ। ਸੱਚੇ ਸ਼ਬਦ ਸਮਾ ਨਹੀਂ ਸਕਦੀ ਜੀਵਾਤਮਾ ਜਿਹਨਾਂ 'ਚ ਸੱਚ ਦੀ ਕਮਾਈ ਨਹੀਂ ਕਰਦੀ। ਆਪ ਜੀ ਨੇ ਵਚਨ ਕੀਤਾ ਸੀ ਵੀ ਦੋ ਤੁਕਾਂ ਰੋਜ਼ ਦੀਆਂ ਨਾਵੇਂ ਪਾਤਸ਼ਾਹ ਦੀਆਂ ਆਪ ਜੀ ਦੇ ਨਾਲ ਵਿਚਾਰੂੰਗਾ। ਗੁਰੂ ਕਿਰਪਾ ਕਰੇ, ਅਸੀਸ ਦੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਨਾਵਾਂ। ਜਦੋਂ ਆਪਾਂ ਸੰਪੂਰਨਤਾ ਕਰਦੇ ਹਾਂ ਸ੍ਰੀ ਅਖੰਡ ਪਾਠ ਸਾਹਿਬ ਦੀ, ਸਹਿਜ ਪਾਠ ਦੀ, ਅਤੇ ਉੱਥੇ ਇਹ ਸਲੋਕ ਨਾਵੇਂ ਪਾਤਸ਼ਾਹ ਦੇ ਆਪਾਂ ਕਹਿੰਦੇ ਵੀ ਸੰਪੂਰਨਤਾ ਦੇ ਸਲੋਕ ਆ ਗਏ। ਆਖੋ ਵਾਹਿਗੁਰੂ। ਸਾਹਿਬ ਜੀ ਅੱਜ ਤੁਹਾਨੂੰ ਅਤੇ ਮੈਨੂੰ ਕਹਿੰਦੇ ਵੇਖ ਬੰਦਿਆ ਤੂੰ ਗੁਣ ਗੋਬਿੰਦ ਗਾਇਓ ਨਹੀਂ, ਬੋਲੋ ਭਲਾ। ਉਸ ਮਾਲਕ ਦੇ ਗੁਣ ਤਾਂ ਗਾਏ ਹੀ ਨਹੀਂ ਹੋ, ਚੁਗਲੀ ਕੀਤੀ ਹੋ, ਨਿੰਦਾ ਕੀਤੀ ਹੋ, ਬੇਕਾਰ ਦੀਆਂ ਫੇਸਬੁੱਕ ਦੇ ਉੱਤੇ ਇੱਕ ਦੂਸਰੇ ਨੂੰ ਗਾਲਾਂ ਕੱਢੀਆਂ ਹੀ। ਆਖੋ ਵਾਹਿਗੁਰੂ। ਆਓ ਮਾੜਾ ਆਓ ਮਾੜਾ ਇਸ ਉਲਝਣਾ 'ਚ ਪਿਆ ਰਹੇ ਹੋ, ਆਇਆ ਤੂੰ ਕਾਹਦੇ ਲਈ ਸੈਂ? ਪਰਮੇਸ਼ਵਰ ਦੇ ਗੀਤ ਗਾਉਣ, ਪਰਮੇਸ਼ਵਰ ਦਾ ਸਿਮਰਨ ਕਰਨ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ। ਇੱਕ ਹੁੰਦਾ ਅਕਾਰਥ, ਕਿਸੇ ਕਾਰਜ ਆ ਗਿਆ ਐੜਾ ਲਾਤਾ, ਕਿਸੇ ਕੰਮ ਨਾ ਆਇਆ, ਬਤੀਤ ਤਾਂ ਜ਼ਿੰਦਗੀ ਕੀਤੀ ਮਗਰ ਜ਼ਿੰਦਗੀ ਕਿਸੇ ਕੰਮ ਨਾ ਆਈ। ਆਖੋ ਵਾਹਿਗੁਰੂ। ਜਨਮ ਅਤੇ ਅੱਗੇ ਜਾ ਕੇ ਸਤਿਗੁਰੂ ਨੇ ਆਖਿਆ ਇਸ ਤਰ੍ਹਾਂ ਸਿਮਰਨ ਕਰਿਆ ਕਰ, ਕਹੋ ਨਾਨਕ ਹਰ ਭਜ ਮਨਾ ਜਿਹ ਵਿਦ ਜਲ ਕੋ ਮੀਨ। ਜਿਸ ਤਰ੍ਹਾਂ ਪਾਣੀ ਲਈ ਮੱਛੀ ਤੜਫਦੀ ਹੈ ਨਾ, ਇਸ ਤਰ੍ਹਾਂ ਆਖਿਆ ਕਰ ਵੀ ਇੱਕ ਸਵਾਸ ਵੀ ਮੇਰਾ ਵਿਅਰਥ ਨਾ ਜਾਵੇ। ਆਖੋ ਵਾਹਿਗੁਰੂ। ਗੱਜ ਕੇ ਬੋਲੋ, ਆਖੋ ਵਾਹਿਗੁਰੂ। ਕਹੋ ਨਾਨਕ ਹਰ ਭਜ ਮਨਾ ਜਿਹ ਵਿਦ ਜਲ ਕੋ। ਜਿਹੜੇ ਤਰੀਕੇ ਨਾਲ ਜਲ ਨੂੰ ਮੱਛੀ ਤੜਫਦੀ, ਇਸ ਤਰ੍ਹਾਂ ਹੀ ਸਵੇਰੇ ਉੱਠ ਕੇ ਜਿਸ ਤਰ੍ਹਾਂ ਉਹ ਕਰਦੀ ਪਾਣੀ 'ਚ ਕਰਦੀ ਕਿ ਨਹੀਂ, ਬੋਲੋ। ਇਸ ਤਰ੍ਹਾਂ ਹੀ ਕਰਿਆ ਕਰਨਾ, ਵਾਹਿਗੁਰੂ 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 ਵਾਹਿਗੁਰੂ। ਮੱਛੀ ਵਾਂਗੂ ਮੱਛੀ ਵਾਂਗੂ, ਵਾਹਿਗੁਰੂ 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 ਵਾਹਿਗੁਰੂ। ਆਖੋ ਸਤਿਨਾਮ ਸ੍ਰੀ ਵਾਹਿਗੁਰੂ।
ਦੂਸਰੇ ਸਲੋਕ ਵਿੱਚ ਤੁਹਾਡੀ ਅਤੇ ਮੇਰੀ ਬਿਰਤੀ ਨੂੰ ਗੁਰੂ ਸਾਹਿਬ ਵਿਖੇ ਆਨ ਕਰਦੇ, ਕਿਹਨੂੰ ਬੋਲੋ ਕੀ ਬਣ ਗਈ ਤੇਰੀ ਬਿਰਤੀ, ਵਿਖੇ ਨਸਿਓ ਕਾਹੇ ਰਚਿਓ, ਵਿਸ਼ੇ ਵਿਕਾਰਾਂ ਵਿੱਚ ਫਸਿਆ ਪਿਆ ਹੈ। ਅਤੇ ਕਮਾਲ ਦੀ ਗੱਲ ਹੈ, ਇੱਥੇ ਫਸਿਆ ਹੋਇਆ ਨਾਮ ਜਪਦਾ ਤੂੰ ਦੋਵਾਂ ਮਿੰਟਾਂ 'ਚ ਵਾਸੀਆਂ ਲੈਂਦਾ ਹੈ, ਪਤਾ ਲੱਗ ਰਿਹਾ ਕਿ ਨਹੀਂ? ਨਾਮ ਜਪਦਿਆਂ ਦੋਵਾਂ ਮਿੰਟਾਂ ਵਿੱਚ ਐਂ ਹੋਣ ਲੱਗ ਪੈਂਦੀ, ਮਗਰ ਵਿਸ਼ੇ ਵਿਕਾਰ ਭੋਗਣ ਲੱਗਾ, ਨਿਮਖ ਨਾ ਹੋਏ ਉਦਾਸ। ਇੱਥੇ ਮੂੰਹ 'ਤੇ ਉਦਾਸੀ ਸਪਸ਼ਟ ਪੜ੍ਹੀ ਜਾਂਦੀ। ਚਾਹੀਦਾ ਸੀ ਵੀ ਸਤਸੰਗਤ 'ਚ ਆਉਂਦਿਆਂ ਜਦੋਂ ਬੰਦਾ ਆਵੇ, ਜਿਸ ਤਰ੍ਹਾਂ ਕਾਲਾ ਕੋਲਾ ਕਾਲਾ ਹੋਇਆ ਹੁੰਦਾ ਨਾ ਭੱਠੀ ਤੋਂ ਪਰੇ ਹੋ ਕੇ, ਅਤੇ ਭੱਠੀ ਦੇ ਉੱਤੇ ਰੱਖਦੀ ਹੈ ਅਤੇ ਲਾਲ ਹੋਈ ਜਾਂਦਾ ਹੈ, ਮਗਰ ਇੱਥੇ ਇਸ ਸਤਸੰਗਤ ਦੀ ਭੱਠੀ ਦੇ ਉੱਤੇ ਆਣ ਕੇ ਸਾਨੂੰ ਰੰਗ ਚੜ੍ਹਦਾ ਨਹੀਂ। ਹਾਂ, ਕਿਤੇ ਵਿਸ਼ੇ ਵਿਕਾਰਾਂ ਦੀ ਘੜੀ ਆਈ ਹੋਵੇ, ਹਾਜ਼ਰ ਹੋ ਜੀ ਇੱਧਰ, ਫਿਰ ਇਹਦਾ ਰੰਗ ਲਾਲ ਸੁਰਖ ਹੋ ਜਾਂਦਾ ਹੈ ਵੀ ਜੋ ਮੈਂ ਗੰਦ ਚਾਹੁੰਦਾ ਸਾਂ ਮੈਨੂੰ ਮਿਲ ਗਿਆ। ਸੱਚ ਨਹੀਂ ਪੀਂਦਾ ਇਹ, ਨਿਮਖ ਨਾ ਹੋਏ ਉਦਾਸ। ਇੱਕ ਨਿਮਖ ਮਾਤਰ ਵੀ ਨਿੰਦਾ ਚੁਗਲੀ ਦੂਈ ਦਵੈਤ ਵਿਸ਼ੇ ਵਿਕਾਰਾਂ ਵਿੱਚ ਤੂੰ ਕਦੀ ਉਦਾਸ ਨਹੀਂ ਹੋਇਆ, ਕਦੀ ਚਿਹਰੇ 'ਤੇ ਆ ਹੈ ਮਨ ਨਿਮਖ ਕਾਮ ਸਵਾਦ ਕਾਰਨ, ਬੋਲੋਗੇ ਜ਼ਰਾ ਫਿਰ ਬੋਲੋ, ਕਈ 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 ਜਨਮ ਫਿਰ ਉਹਦੇ ਵਿੱਚੋਂ ਦੁੱਖ ਪਾਉਣਾ ਹੈ, ਕੋਟ ਦਿਨਸ ਦੁੱਖ ਪਾਵੇਂ ਕਰੋੜਾਂ ਦਿਨ ਇੱਕ ਰਤੀ ਦੇ ਆਨੰਦ ਦਾ ਕਰਕੇ ਤੈਨੂੰ ਦੁਖੀ ਹੋਣਾ ਪੈਂਦਾ ਹੈ। ਘੜੀ ਮੋਹਤ ਰੰਗ ਮਾਣੇ, ਇਤਨਾ ਲਿਖਿਆ ਜੇ ਬਾਣੀ 'ਚ, ਜਿਹਨਾਂ ਨੂੰ ਬਾਣੀ ਆਉਂਦੀ, ਘੜੀ ਮੋਹਤ ਇੱਕ ਮਿੰਟ ਲਈ ਰੰਗ ਮਾਣ ਕੇ ਫਿਰ ਬੌੜ ਬੌੜ ਪਛਤਾਵੇਂ, ਬੌੜ ਬੌੜ, ਮਗਰ ਜਿੱਥੇ ਤੈਨੂੰ ਪਛਤਾਵਾ ਮਿਲਣਾ ਹੈ ਉਹਦੇ ਵਿੱਚੋਂ ਤੂੰ ਨਿਮਖ ਨਾ ਹੋਏ, ਉੱਥੇ ਤੈਨੂੰ ਕਦੀ ਉਦਾਸੀ ਨਹੀਂ ਆਉਂਦੀ, ਉੱਥੇ ਤੂੰ ਕਦੀ ਪਰੇਸ਼ਾਨ ਨਹੀਂ ਹੁੰਦਾ। ਅੱਖ ਵਾਹਿਗੁਰੂ ਕਹੋ ਨਾਨਕ ਭਜ ਹਰ ਮਨਾ, ਮੇਰਿਆ ਮਨਾ ਹਰੀ ਦਾ ਸਿਮਰਨ ਕਰਿਆ ਕਰ, ਪਰ ਨਾ ਜਮ ਕੀ ਫਾਸ, ਪਰ ਨਾ ਗਰੀਬ ਨੂੰ ਅੱਜ ਦਇਆ ਕਰੇ, ਤੇਰੇ ਗਲ 'ਚ ਫਾਸੀ ਨਾ ਪਵੇ ਜਮਾਂ ਦੀ, ਤੂੰ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਬੰਦਗੀ ਕਰਿਆ ਕਰ, ਭੁੱਲਾਂ ਨਾ ਚਿਤਾਰਿਓ, ਅਸੀਸ ਬਖਸ਼ੋ, ਗਰੀਬ ਨੂੰ ਸਾਰਿਆਂ ਦਾ ਭਲਾ ਕਰੇ, ਉੱਚਾ ਸੁੱਚਾ ਜੀਵਨ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।